ਹਾਂਜੀ ਗਾਈਸ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਬਣਾਵਾਂਗੇ ਟਰੈਕਟਰ ਦੇ ਫਰੰਟ ਟਾਇਰ। ਉਹਦੇ ਵਾਸਤੇ ਆਪਾਂ ਲਿਆ ਜੀ ਕਾਰਡਬੋਰਡ, ਨਾਲੇ 2 ਇੰਚ ਦੀ ਪਾਈਪ, ਠੀਕ ਹੈ ਜੀ। ਇਹ ਲਗਾ ਕੇ ਆਪਾਂ ਰੱਖ ਕੇ ਸ਼ਾਈਨ ਲਗਾ ਦਾਂਗੇ, ਠੀਕ ਹੈ ਜੀ। ਆਪਾਂ ਬਣਾਵਾਂਗੇ 4 ਟਾਇਰ, ਠੀਕ ਹੈ ਜੀ। 4 ਪੀਸ ਆਪਾਂ ਕੱਟ ਲੈਣੇ ਆ, ਠੀਕ ਹੈ ਜੀ। ਹੁਣ ਆਪਾਂ ਇਹਦੀ ਕੱਟਣਾ ਕਟਿੰਗ ਕਰ ਦਿੰਦੇ। ਫਿਰ ਸਾਈਡ ਰਾਹੀਂ ਆਪਾਂ ਹੋਲ ਕਰ ਲਿਆ, ਠੀਕ ਹੈ ਜੀ। ਹੁਣ ਆਪਾਂ ਲਾਵਾਂਗੇ ਆਈਸਕ੍ਰੀਮ ਸਟਿਕ ਪਲਾਸਟਿਕ ਦੀ, ਠੀਕ ਹੈ ਜੀ। ਹੁਣ ਆਪਾਂ ਇਸ ਤਰ੍ਹਾਂ ਇਹ 'ਚ ਲਗਾ ਕੇ ਇਹਦੀ ਕਟਿੰਗ ਕਰਕੇ ਇੱਥੋਂ, ਠੀਕ ਹੈ ਜੀ, ਟਾਇਰ ਲਗਾਉਣਾ, ਠੀਕ ਹੈ ਜੀ। ਠੀਕ ਹੈ ਜੀ। ਹੁਣ ਆਪਾਂ ਇਹਨੂੰ ਕਰ ਲਾਂਗੇ ਕੱਟ, ਇਹਦੇ ਆਪਾਂ ਸੇਮ ਇੱਦਾਂ ਕਰਾਂਗੇ। ਕੱਟ ਕਰ ਲਾਂਗੇ। ਦੇਖੋ ਆਪਾਂ ਟੈਨਲੈਸ ਟਾਇਰ ਲਾ ਲਿਆ ਇਹ ਪਾਈ ਵਿੱਚ। ਹੁਣ ਆਪਾਂ ਜਿਹੜਾ ਮੂਹਰੇ ਜਿਹੜਾ ਪਾਸਾ ਮੂਹਰੇ ਰੱਖਣਾ ਪੈਣੇਗਾ ਜੀ, ਉਹ ਆਪਾਂ ਇੱਥੋਂ ਕਟਿੰਗ ਕਰਾਂਗੇ ਥੋੜ੍ਹੀ ਵੱਡੀ। ਅੱਗੇ ਜਦੋਂ ਆਪਾਂ ਪੇਂਟ ਕਰਾਂਗੇ ਤਾਂ ਥੱਲੇ ਕਰੀਮ ਕਲਰ ਕਰਕੇ, ਉੱਪਰ ਟਾਇਰ ਦਾ ਬਲੈਕ ਕਲਰ ਕਰਕੇ ਰਿਮ ਅਲੱਗ ਦਿਖੇ, ਠੀਕ ਹੈ ਜੀ। ਫਿਰ ਆਪਾਂ ਕਰ ਦਿੰਦੇ ਕਟਿੰਗ। ਦੇਖੋ ਜੀ ਆਪਾਂ ਕਟਿੰਗ ਕਰ ਲਈ ਆ, ਆਪਾਂ ਫੈਵੀਕੋਲ ਨਾਲ ਇਹ ਨਹੀਂ ਚੁਕਾਉਂਦੇ ਹਾਂ। ਦੇਖੋ ਜੀ ਆਪਾਂ ਇਹਨੂੰ ਲਾ ਲਿਆ ਫਿਰ ਫੈਵੀਕੋਲ ਨਾਲ, ਆਪਾਂ ਪਲਾਸਟਿਕ ਸ਼ੀਟ ਲਵਾਂਗੇ, ਠੀਕ ਹੈ ਜੀ। ਫਾਈਵ ਪਲਾਸਟਿਕ ਦੀ ਇਹਦੇ ਵਿੱਚ ਆਪਾਂ ਨੂੰ ਲਵਾਵਾਂਗੇ, ਠੀਕ ਹੈ ਜੀ। ਲੱਗ ਗਿਆ। ਹੁਣ ਆਪਾਂ ਲੈਂਦੇ ਹਾਂ ਟਿਊਬ। ਦੇਖੋ ਜੀ ਹੁਣ ਆਪਾਂ ਟਿਊਬ ਲਈ ਆ, ਠੀਕ ਹੈ ਜੀ। ਹੁਣ ਇਹਦੇ ਉੱਤੇ ਆਪਾਂ ਨੂੰ ਕਟਿੰਗ ਕਰਕੇ ਬਰੀਕ ਬਰੀਕ ਪੀਸ 3 ਕਟਿੰਗ ਕਰਕੇ ਉਰੇ ਇਸ ਤਰ੍ਹਾਂ ਲਗਾਵਾਂਗੇ, ਠੀਕ ਹੈ ਜੀ। ਆਪਾਂ ਜੀ ਕੱਢੇ ਕਟਿੰਗ, ਦੇਖੋ ਜੀ ਆਪਣੀ ਕਟਿੰਗ ਕਰ ਲਈ ਹੈ, ਠੀਕ ਹੈ ਜੀ। ਆਪਾਂ ਉਹਨੂੰ ਉਰੇ ਇਸ ਤਰ੍ਹਾਂ ਫੈਵੀਕ ਨਾਲ ਚੁਕਾਵਾਂਗੇ, ਠੀਕ ਹੈ ਜੀ। ਇੱਕ ਉਰੇ, ਇੱਕ ਉਰੇ ਸੈਂਟਰ 'ਚ, ਠੀਕ ਹੈ ਜੀ। ਇੱਕ ਉਰੇ ਪਾਣੀ। ਦੇਖੋ ਜੀ ਰਬੜਾ ਆਪਾਂ ਲਾ ਲਈ ਆ ਜੀ ਉੱਪਰ। ਹੁਣ ਆਪਾਂ ਨੂੰ ਕਰਦੇ ਹਾਂ ਪੇਂਟ, ਫਿਰ ਟਾਇਰ ਦੀ ਲੁੱਕ ਦੇਖਿਓ।